ਬਾਈ ਜੀ ਨੇ ਸੱਦਿਆ ਤੇ ਮੈਂ ਤਾਂ ਆਇਆ। ਮੇਰੀ ਕੋਈ ਇੰਟੈਂਸ਼ਨ ਤੁਹਾਡੀ ਪਰਫਾਰਮੈਂਸ ਨਹੀਂ, ਮੇਰੀ ਵੀ ਕੋਈ ਇੰਟੈਂਸ਼ਨ ਨਹੀਂ ਹੈ, ਕਿਉਂਕਿ ਮੈਂ ਅੱਜ ਤੱਕ ਕਿਸੇ ਨਾਲ ਸਟੇਜ ਸ਼ੇਅਰ ਨਹੀਂ ਕੀਤਾ। ਜੇ ਮੈਨੂੰ 5 ਮਿੰਟ ਮਿਲੇ ਤਾਂ ਮੈਂ ਆਪਣੇ 5 ਮਿੰਟ ਚਾਹੁੰਦੀ ਹਾਂ। ਮੇਰੀ ਪਰ ਤੁਹਾਨੂੰ ਜੇ ਮੈਂ ਗਲਤ ਕਹਿ ਰਹੀ ਹਾਂ ਤਾਂ ਤੁਸੀਂ ਤੁਹਾਨੂੰ ਇੱਕ ਚੀਜ਼ ਸਮਝਣੀ ਚਾਹੀਦੀ ਆ ਬਈ, ਆਪਾਂ ਦੋਵੇਂ ਆਰਟਿਸਟ ਆ, ਠੀਕ ਹੈ ਜੀ, ਤੁਸੀਂ ਵੀ ਆਰਟਿਸਟ ਹੋ, ਮੈਂ ਵੀ ਆਰਟਿਸਟ ਆ, ਤੇ ਮੈਨੂੰ ਲੱਗਦਾ ਆਪਾਂ ਨੂੰ ਇੱਕ ਦੂਜੇ ਦੀ ਵੈਲਿਊ ਇਹ ਸਮਝਣੀ ਚਾਹੀਦੀ। ਨਹੀਂ, ਮੈਂ ਵੈਲਿਊ ਬਿਲਕੁਲ ਸਮਝਦੀ ਹਾਂ, ਮੈਂ ਤਾਂ ਹੀ ਕਹਿ ਰਹੀ ਹਾਂ ਕਿ ਤੁਹਾਨੂੰ ਵੈਲਿਊ ਸਮਝਣੀ ਚਾਹੀਦੀ ਕਿ 5 ਮਿੰਟ ਜੇ ਮੈਨੂੰ ਮਿਲਿਆ ਤਾਂ ਮੇਰੇ 5 ਮਿੰਟ ਮੈਨੂੰ ਮਿਲਣੇ ਚਾਹੀਦੇ। ਹਾਂਜੀ, 5 ਕੁ ਮਿੰਟ ਤੁਸੀਂ ਲਾ ਲਓ ਪਲੀਜ਼ ਪਹਿਲਾਂ। ਤੇ ਮੈਂ ਤਾਂ ਹੀ ਕਹਿ ਰਹੀ ਹਾਂ 5 ਮਿੰਟ ਮੇਰੇ ਖਤਮ ਨਹੀਂ ਹੋਏ ਸੀ ਹੈਪੀ ਜੀ। ਨਹੀਂ ਚਲੋ ਚਲੋ ਤੁਸੀਂ ਨਹੀਂ, ਆਪਣੇ ਆਪ ਤੇ ਜੇ ਮੈਂ ਗਾਉਣਾ ਤਾਂ ਤੁਸੀਂ ਪਰਲੇ ਪਾਸੇ ਨੂੰ ਮੂੰਹ ਕਰ ਲਓ, ਮੈਂ ਤੁਹਾਡੇ ਸਾਹਮਣੇ ਨਹੀਂ ਗਾਉਣਾ। ਫਿਰ ਆਡੀਅੰਸ ਦਾ ਵੀ ਕਰਾ ਦਿਓ ਜੀ ਪਰਲੇ ਪਾਸੇ ਮੂੰਹ। ਗੱਲ ਇਦਾਂ ਹੈ, ਮੈਂ ਨਹੀਂ ਗਾਉਣਾ ਤੁਹਾਡੇ ਨਾਲ, ਇਹ ਗੱਲ ਪੱਕੀ ਆ। ਤੁਸੀਂ ਨਾ ਗਾਓ, ਤੁਸੀਂ ਆਪਦਾ ਗਾਣਾ ਗਾਓ, ਮੈਂ ਕੁਛ ਆਪਦਾ ਕਰੂੰਗਾ। ਅੱਛਾ ਜੀ, ਆਉਣ ਦਿਓ ਆਉਣ ਦਿਓ। ਦੇਖੋ ਬਈ ਬਈ, ਇਹਨਾਂ ਨੇ ਸਿੱਧੀ ਗੱਲ ਲਾ ਕੇ ਕਹੀ ਆ, ਠੀਕ ਹੈ ਜੀ, ਤੇ ਮੇਰੇ ਕੋਲ ਵੀ ਇੱਕ ਥੋੜ੍ਹੀ ਜਿਹੀ ਚੀਜ਼ ਆ, ਉਹ ਮੇਰੀ ਆਪਦੀ ਨਹੀਂ, ਇਹਨਾਂ ਦੀ ਵੀ ਇਹ ਆਪਦੀ ਨਹੀਂ ਸੀ, ਸੋ ਮੇਰੀ ਵੀ ਆਪਦੀ ਨਹੀਂ ਉਹ। ਹੋ ਜਿੰਨੇ ਚਿੱਤ ਸੋਹਣੀ ਇਹ ਨਹੀਂ ਸਾਰੀ ਜੱਚਦੀ, ਓਨੇ ਚਿੱਤਾਂ ਮਿੱਤਰਾਂ ਦੇ ਬੂਟੇ ਆਉਂਦੇ ਆ। ਇੱਕੋ ਗੱਲ ਕਿਹੜੀ, ਮਾੜਾ ਮਾੜਾ ਅੱਗੇ ਆਇਓ, ਇੱਧਰ ਨੂੰ ਇੱਧਰ ਨੂੰ। ਹਾਂਜੀ ਹਾਂਜੀ, ਅਮੜੇ ਬੂਟਾਂ ਨੂੰ ਧਿਆਨ ਨਾਲ ਦੇਖਿਓ, ਦੇਖ ਲਓ ਜੀ। ਕਹਿੰਦੇ ਆ ਚੌੜਾ ਬਾਜ਼ਾਰ ਸੁਣਿਆ ਬਾਈ ਜੀ, ਚੌੜਾ ਬਾਜ਼ਾਰ ਲੁਧਿਆਣੇ ਵਾਲਾ। ਹਾਂਜੀ, ਉੱਥੋਂ ਮਿਲਦੇ 250 ਦੇ, ਜਿੰਨੇ ਮਰਜ਼ੀ ਲੈ ਲਓ। ਅੱਛਾ ਜੀ, ਹੁਣ ਚੱਕਰੇ ਆ ਜੀ, ਕਿਉਂਕਿ ਇਹ ਵੀ ਉੱਥੋਂ ਹੀ ਲੈਂਦੇ ਆ, ਮਾਰਦਾ ਫੁਕਰੀ ਵੱਡਾ ਟੋਕਰੀ। ਨਹੀਂ ਚਲੋ ਉਹ ਛੱਡੋ, ਉਹ ਬਾਅਦ ਦੀਆਂ ਗੱਲਾਂ। ਲੈ ਆਹ ਜਿਹੜੀ ਫੁਕਰੀ ਮਾਰੀ ਹੈ ਨਾ ਵੱਡੇ ਬੂਟਾਂ ਵਾਲੀ, ਆਉਣ ਦਿੰਦੀ ਆ ਮੈਂ ਵੀ ਉਹਦਾ ਕੋਕਰੀ ਜੀ। ਮੁੰਡਿਆਂ ਦੇ ਵਿੱਚ ਬਦਨਾਮ ਹੋ ਗਿਆ, ਮੁੰਡਿਆਂ ਦੇ ਵਿੱਚ ਬਦਨਾਮ ਹੋ ਗਿਆ, ਹੱਥ ਉੱਤੇ ਮਾਰ ਜਾਂਦਾ ਹੱਥ ਕੁੜੀਓ, ਗੱਲੋਂ ਮਾਰੀ ਜਾਂਦਾ ਗੱਪ ਕੁੜੀਓ, ਆ ਮੇਰੇ ਆਲਾ ਕਮੜਾ ਜਾਲਾ ਜੱਟ ਕੁੜੀਓ, ਵੈਰੀ ਨਾਈਸ, ਮੇਰਾ ਗੱਲੋਂ ਮਾਰੀ ਜਾਂਦਾ ਮੈਂ ਨਾਲ ਦੀ ਨਾਲ ਗੱਪ ਕੁੜੀਓ, ਨਾਲ ਦੀ ਨਾਲ ਇੱਕ ਗੱਲ ਮੇਰੇ ਦਿਮਾਗ 'ਚ ਆਈ ਆ। ਸੋ ਇਹਨਾਂ ਦਾ ਨਾਂ ਆ ਰੁਪਿੰਦਰ ਹਾਂਡਾ, ਤੇ ਮੇਰਾ ਗਾਣਾ ਤੁਸੀਂ ਸੁਣਿਆ ਹੋਣਾ ਬਈ, ਮੈਨੂੰ ਤਾਂ ਬਾਪੂ ਨੇ ਉਹ ਕਿਸ਼ਤਾਂ ਤੇ ਹਾਂਡਾ ਮੈਨੂੰ ਲੈਤਾ ਸੀ ਬਈ, ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਕਿਸ਼ਤਾਂ ਤੇ ਹਾਂਡਾ ਮੈਨੂੰ ਲੈਤਾ ਸੀ ਮੈਨੂੰ ਬੇਬੇ ਮੇਰੀ ਨਾਲ ਲੜਕੇ, ਸੋ 11ਵੀਂ ਚ ਲੈਤਾ ਸੀ ਮੈਨੂੰ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਜਿੰਨੇ ਮੈਨੂੰ ਪੇਜ ਤੇ ਮੈਸੇਜ ਆਉਂਦੇ ਆ ਸਾਰੇ ਹਾਂਡਾ ਹਾਂਡਾ ਕਹਿੰਦੇ ਆ, ਤੇ ਆ ਮੈਨੂੰ ਅੱਜ ਹਾਂਡਾ ਕਹਿੰਦੇ ਪਏ ਆ ਬਈ, ਇਹਨਾਂ ਨੇ ਬ੍ਰਾਂਡ ਚੇਂਜ ਕਰਤਾ, ਜਿਹੜਾ ਹੀਰੋ ਹੋਂਡਾ ਹੁੰਦਾ ਸੀ ਉਹਨੂੰ ਹੋਂਡਾ ਬਣਾਤਾ, ਤੇ ਜਿਹੜੇ ਲੋਕਾਂ, ਮੇਰਾ ਨਾਮ ਹੈਗਾ ਰੁਪਿੰਦਰ ਹਾਂਡਾ, ਤੇ ਮੈਨੂੰ ਉੱਥੇ ਸਾਰੇ ਹੋਂਡਾ ਕਹਿੰਦੇ ਆ, ਤੇ ਆ ਕਰੈਕਸ਼ਨ ਹੋੜੀ ਠੀਕ ਕਰੀਏ ਵੀ ਹਾਂਡਾ ਨਹੀਂ ਉਹ ਹੋਂਡਾ ਸੀ। ਅੱਛਾ, ਇੱਕ ਗੱਲ ਹੋਰ ਮੈਂ ਕਹਿਣੀ ਚਾਹੂੰਗਾ, ਉਹ ਸਨ 88 ਦੀ ਬੰਦੂਕ ਜਿਹਾ ਗੱਭਰੂ, ਉਹ ਸਾਂਭ ਸਾਂਭ ਰੱਖੇ ਮੈਨੂੰ ਬਾਪ ਨੀ, ਓਏ ਉਹੀ ਕੋਕਰੀ ਦਾ ਘੈਂਟ ਜੱਟ ਮੈਂ, ਜਿਹਦੇ ਪਿੱਛੇ ਫਿਰਦੀ ਤੂੰ ਆਪ ਸੀ, ਹੋ ਜਾ ਕੇ ਪੁੱਛ ਲਈ ਤੂੰ ਆਪਦੀਆਂ ਸਹੇਲੀਆਂ ਕੋਲੋਂ, ਉਹ ਤੇਰੀਆਂ ਸਹੇਲੀਆਂ ਚ ਵੈਰ ਹੁਣ ਸੰਧੂ ਕਰਕੇ, ਉਹ ਰੌਲੇ ਦੀ ਜ਼ਮੀਨ ਜਿਹੇ ਗੱਭਰੂ ਪਿੱਛੇ, ਜ਼ਿਮੀਦਾਰ ਜੱਟੀਆਂ ਦੀ ਟਾ